ਪਿਛਲੇ ਦਿਨਾਂ 'ਚ ਪਈ ਬਾਰਿਸ਼ ਦੇ ਨਾਲ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਇਸ ਬਾਰਿਸ਼ ਦਾ ਫਾਇਦਾ ਹੋਇਆ, ਪਰ ਜਿਹੜੀ ਹਿਊਮਿਡਿਟੀ ਹੈ, ਹੁੰਮਸ ਹੈ, ਉਸ ਦੇ ਨਾਲ ਕਿਤੇ ਨਾ ਕਿਤੇ ਫਸਲਾਂ ਨੂੰ ਨੁਕਸਾਨ ਵੀ ਹੁੰਦਾ ਨਜ਼ਰ ਆ ਰਿਹਾ। ਇਸ ਵੇਲੇ ਮੈਂ ਨਰਮੇ ਦੀ ਫਸਲ ਦੇ ਵਿੱਚ ਹਾਂ ਔਰ ਖੇਤੀਬਾੜੀ ਦੇ ਅਧਿਕਾਰੀ ਨੇ ਜਿਹੜੇ ਉਹ ਮੌਕੇ 'ਤੇ ਪਹੁੰਚੇ ਨੇ, ਉਹ ਦੱਸਣਗੇ ਕਿ ਜਿਹੜਾ ਚਿਪਚਿਪਾ ਮੌਸਮ ਹੈ, ਜਿਹੜਾ ਹਿਊਮਿਡਿਟੀ ਵਾਲਾ ਮੌਸਮ ਹੈ, ਉਹ ਨਰਮੇ ਦੀ ਫਸਲ ਨੂੰ ਲੈ ਕੇ ਕਿਵੇਂ ਹੈ, ਕਿਉਂਕਿ ਚਿੱਟੀ ਮੱਖੀ ਵਰਗੇ ਜਿਹੜੇ ਕੀਟ ਨੇ ਉਹ ਇਸ ਹੁੰਮਸ ਦੇ ਵਿੱਚ ਬਹੁਤ ਜ਼ਿਆਦਾ ਵੱਧਦੇ ਨੇ, ਤਾਂ ਕਰਕੇ ਬਚਾਅ ਕੀ ਹੈ ਅਤੇ ਖੇਤੀਬਾੜੀ ਦੇ ਮਾਹਰ ਨੇ ਜਿਹੜੇ ਉਹ ਕੀ ਰਾਏ ਦਿੰਦੇ ਨੇ, ਕਿਸਾਨ ਕਿਸ ਤਰ੍ਹਾਂ ਦਾ ਬਚਾਅ ਕਰਨ ਔਰ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਕਿਵੇਂ ਨਰਮੇ ਦੀ ਫਸਲ ਦੇ ਲਈ ਘਾਤਕ ਹੋ ਜਾਂਦਾ ਇਸ ਤਰ੍ਹਾਂ ਦਾ ਮੌਸਮ ਅਗਰ ਹਿਊਮਿਡਿਟੀ ਜ਼ਿਆਦਾ ਹੋਵੇ ਔਰ ਬਾਰਿਸ਼ ਨਾ ਹੋਵੇ। ਆਪਾਂ ਗੱਲਬਾਤ ਪਹਿਲਾਂ ਖੇਤੀਬਾੜੀ ਦੇ ਮਾਹਰ ਡਾਕਟਰਾਂ ਦੇ ਨਾਲ ਕਰਦੇ ਹਾਂ। ਸਰ, ਇੱਥੇ ਪਹੁੰਚੇ ਹੋ, ਜਿਹੜਾ ਮੌਸਮ ਚੱਲ ਰਿਹਾ, ਹਿਊਮਿਡਿਟੀ ਹੈ, ਪਸੀਨਾ ਬਹੁਤ ਜ਼ਿਆਦਾ ਆ ਰਿਹਾ, ਚਿਪਚਿਪਾ ਜਿਹਾ ਮੌਸਮ ਹੈ, ਨਰਮੇ ਵਾਸਤੇ ਕੀ ਨੁਕਸਾਨ ਹੈ ਇਹਦਾ? ਨਰਮੇ ਵਾਸਤੇ ਜਦੋਂ ਮੌਸਮ ਦੇ ਵਿੱਚ ਹਿਊਮਿਡਿਟੀ ਵੱਧਦੀ ਆ ਤਾਂ ਇਹਦੇ ਵਿੱਚ ਜਿਹੜੀ ਚਿੱਟੀ ਮੱਖੀ ਆ, ਵਾਈਟ ਫਲਾਈ ਆ, ਉਹਦੀ ਵੀ ਜਿਹੜੀ ਪਾਪੂਲੇਸ਼ਨ ਆ ਉਹ ਵਧਣ ਦਾ ਖਤਰਾ ਹੋ ਜਾਂਦਾ। ਸੋ ਕਿਸਾਨ ਭਰਾਵਾਂ ਨੂੰ ਜਿਹੜਾ ਇਸ ਮੌਸਮ ਦੇ ਵਿੱਚ ਬਿਲਕੁਲ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵੀ ਉਹਨਾਂ ਦੇ ਨਰਮੇ ਦੇ ਵਿੱਚ ਕਿੰਨੀ ਕੁ ਵਾਈਟ ਫਲਾਈ ਆ। ਜਿਵੇਂ ਮੈਂ ਗੱਲ ਕਰਦਾ ਉਹਨਾਂ ਵੀ ਸਵੇਰੇ 10 ਵਜੇ ਤੋਂ ਪਹਿਲਾਂ ਜਿਵੇਂ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਪੈਸਟ ਸਰਵੇਲੈਂਸ ਕੀਤਾ ਜਾਂਦਾ ਪਿੰਡਾਂ ਦੇ ਵਿੱਚ ਜਾ ਕੇ, ਤਾਂ ਅਸੀਂ ਵੇਖਦੇ ਹਾਂ ਵੀ 10 ਵਜੇ ਤੋਂ ਪਹਿਲਾਂ ਜਿਹੜੇ ਉੱਪਰਲੀ ਛਤਰੀ ਦੇ 3 ਪੱਤੇ ਆ ਪੂਰੇ ਬਣ ਚੁੱਕੇ ਪੱਤੇ, ਜੇ ਉਹਦੇ ਵਿੱਚ 6 ਚਿੱਟੀਆਂ ਮੱਖੀਆਂ ਜਾਂ ਉਹਨਾਂ ਤੋਂ ਵੱਧ ਜਿਹੜੀ ਉਹ ਐਵਰੇਜ ਆ ਰਹੀ ਆ ਤਾਂ ਅਸੀਂ ਇਹਨੂੰ ETL ਲੈਵਲ ਤੋਂ ਉੱਤੇ ਮੰਨਦੇ ਹਾਂ। ਉੱਥੇ ਮਤਲਬ ਅਸੀਂ ਕਿਸਾਨ ਨੂੰ ਸਿਫਾਰਸ਼ ਕਰਦੇ ਹਾਂ ਵੀ ਜੋ ਯੂਨੀਵਰਸਿਟੀ ਅਤੇ ਮਹਿਕਮਾ ਖੇਤੀਬਾੜੀ ਵੱਲੋਂ ਸਿਫਾਰਸ਼ ਜਿਹੜੀਆਂ ਕੀਟਨਾਸ਼ਕ ਦਵਾਈਆਂ ਉਹ ਪੂਰੀ ਡੋਜ਼ 'ਤੇ ਸਮੇਂ ਸਿਰ ਜਿਹੜੀਆਂ ਦਵਾਈਆਂ ਕੀਤੀਆਂ ਜਾਣ। ਜੇਕਰ ਇਹ ਹਮਲਾ ETL ਲੈਵਲ ਤੋਂ ਥੱਲੇ ਮਿਲਦਾ ਤਾਂ ਅਸੀਂ ਕਿਸਾਨ ਨੂੰ ਇਹ ਕਹਿੰਦੇ ਹਾਂ ਵੀ ਇਹਦਾ ਧਿਆਨ ਰੱਖਿਆ ਜਾਵੇ ਅਤੇ ਇਹੋ ਜਿਹੇ ਮੌਸਮ ਦੇ ਵਿੱਚ ਇਹ ਜ਼ਰੂਰ ਜਿਹੜੀਆਂ ਧਿਆਨ ਰਾਏ ਕੀ ਦਿਨ ਡਾਕਟਰ ਸਾਹਿਬ, ਕਿਸਾਨਾਂ ਨੂੰ ਰਾਏ ਕੀ ਦਿਨ ਇੱਥੇ ਆਏ ਹੋ, ਮੌਸਮ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਦਾ, ਸ਼ਾਇਦ ਬਾਰਿਸ਼ ਆਉਣ ਵਾਲੇ ਦਿਨਾਂ 'ਚ ਹੋਵੇ, ਰਾਏ ਕੀ ਦਿੰਦੇ ਹੋ, ਕੀ ਸੰਭਾਲ ਖਾਸ ਤੌਰ 'ਤੇ ਕੀਤੀ ਜਾਵੇ, ਕੀ ਛਿੜਕਾਅ ਕੀਤੇ ਜਾਣ? ਸਭ ਤੋਂ ਪਹਿਲਾਂ ਤਾਂ ਜੀ ਜਿਹੜੀਆਂ ਸਿਫਾਰਸ਼ੁਦਾ ਜਿਹੜੀਆਂ ਦਵਾਈਆਂ ਨੇ ਵਾਈਟ ਫਲਾਈ ਵਾਸਤੇ, ਜਿਵੇਂ ਓਸ਼ੀਨ ਦਵਾਈ ਆ 60 ਗ੍ਰਾਮ ਪ੍ਰਤੀ ਏਕੜ ਉਹਦੀ ਡੋਜ਼ ਆ, ਉਹ ਦਵਾਈ ਦੇ ਵਧੀਆ ਨਤੀਜੇ ਰਹੇ ਆ ਪਿਛਲੇ ਸਾਲਾਂ ਦੇ ਵਿੱਚ ਵੀ। ਜਿਵੇਂ ਓਸ਼ੀਨ ਦਾ ਦਵਾਈ ਦੀ ਜਿਹੜੀ ਹੈਗਾ ਛਿੜਕਾਅ ਕੀਤਾ ਜਾ ਸਕਦਾ। ਉਦੋਂ ਜਿਹੜਾ ਹੈਗਾ ਬਦਲਵੀਆਂ ਦਵਾਈਆਂ ਮੈਂ ਸਿਫਾਰਸ਼ ਕਰੂੰਗਾ ਵੀ ਇੱਕੋ ਦਵਾਈ ਨਾ ਆਪਾਂ ਜੇ 4 ਸਪਰੇਹਾਂ ਕਰਨੀਆਂ ਵਾਈਟ ਫਲਾਈ ਵਾਸਤੇ ਵੀ ਚਾਰੇ ਹੀ ਆਪਾਂ ਓਸ਼ੀਨ ਦੀਆਂ ਕਰ ਦਈਏ ਜਾਂ ਚਾਰੇ ਹੀ ਉਲਾਲਾ ਦੀਆਂ ਕਰ ਦਈਏ, ਇਹ ਨਹੀਂ ਹੋਣਾ ਚਾਹੀਦਾ। ਸਗੋਂ ਜਿਹੜੀਆਂ ਕਾਫੀ 7-8 ਦਵਾਈਆਂ ਜਿਹੜੀਆਂ ਸਿਫਾਰਸ਼ੁਦਾ ਨੇ PAU ਵੱਲੋਂ ਬਦਲਵੀਆਂ ਦਵਾਈਆਂ ਕਰਨੀਆਂ ਚਾਹੀਦੀਆਂ। ਜਿਵੇਂ ਇੱਕ ਨਵੀਂ ਦਵਾਈ ਆ ਕਲੈਸਟੋ ਜਿਹੜੀ 200 ਗ੍ਰਾਮ ਪੈਂਦੀ ਆ ਪ੍ਰਤੀ ਏਕੜ, ਉਹਦੇ ਵੀ ਜਿਹੜੇ ਹੈਗੇ ਆ ਫੀਲਡ ਦੇ ਵਿੱਚੋਂ ਨਤੀਜੇ ਵਧੀਆ ਵੇਖਣ ਨੂੰ ਮਿਲੇ ਆ। ਜੇ ਹੁੰਮਸ ਲਗਾਤਾਰ ਹੋਰ ਵੱਧਦੀ ਹੈ ਤਾਂ ਨੁਕਸਾਨ ਕਿੰਨਾ? ਵਾਈਟ ਫਲਾਈ 'ਤੇ ਵਾਰ ਵਾਰ ਅਸੀਂ ਫੋਕਸ ਕਰ ਰਹੇ ਹਾਂ ਕਿਉਂਕਿ ਪਿਛਲੀ ਵਾਰ ਨਰਮੇ ਦੀ ਫਸਲ ਤਬਾਹ ਕਰਤੀ ਪੂਰੀ ਦੀ ਪੂਰੀ, ਇਸ ਵਾਰ ਵੀ ਕਾਫੀ? ਬਿਲਕੁਲ ਜੀ, ਇਹ ਤਾਂ ਸਮੇਂ ਸਿਰ ਜਿਹੜੀਆਂ ਕਿਸਾਨ ਭਰਾਵਾਂ ਨੂੰ ਧਿਆਨ ਦੇਖਣਾ ਰੱਖਣਾ ਪੈਣਾ। ਨਰਮੇ ਦਾ ਬਹੁਤ ਸੈਂਸਿਟਿਵ ਕਰੋਪ ਆ, ਪਿਛਲੇ ਸਾਲਾਂ ਦੇ ਵਿੱਚ ਵੀ ਬਹੁਤ ਜਿਹੜੀ ਹੈਗੀ ਆ ਵਾਈਟ ਫਲਾਈ ਦਾ ਹਮਲਾ ਵੇਖਣ ਨੂੰ ਮਿਲਿਆ। 2015 ਦੇ ਵਿੱਚ ਵੀ ਟੋਟਲ ਜਿਹੜੀ ਫਸਲ ਆ ਇਸੇ ਕੀੜੇ ਕਰਕੇ ਜਿਹੜੀ ਤਬਾਹ ਹੋ ਗਈ ਸੀ। ਸੋ ਇਹ ਤਾਂ ਬਿਲਕੁਲ ਇਹਦਾ ਧਿਆਨ ਦੇਣ ਯੋਗ ਗੱਲ ਆ ਵੀ ਸਮੇਂ ਸਿਰ ਜਿਹੜੀਆਂ ਇਹ ਛਿੜਕਾਅ ਜਿਹੜੇ ਕੀਟਨਾਸ਼ਕ ਦਵਾਈਆਂ ਦੇ ਕਰਨੇ ਪੈਣੇ ਆ ਕਿਸਾਨਾਂ ਨੂੰ, ਫੇਰ ਹੀ ਨਰਮਾ ਬਚਣਾ। ਜੇ ਕਿਸਾਨਾਂ ਨੇ ਧਿਆਨ ਨਾ ਦਿੱਤਾ ਸਮੇਂ ਸਿਰ ਤਾਂ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਨਰਮੇ ਦੀ ਫਸਲ ਜਿਹੜੀ ਬਿਲਕੁਲ ਤੁਹਾਡੇ ਵਾਲੀ ਗੱਲ ਆ ਵੀ ਇਹ ਖਰਾਬ ਹੋ ਜੂਗੀ। ਭਾਈ ਜੀ, ਹੁੰਮਸ ਬਹੁਤ ਜ਼ਿਆਦਾ ਹੋ ਗਈ ਹੈ, ਬਾਰਿਸ਼ ਹੋਈ ਹੈ, ਪਰ ਉਸ ਤਰ੍ਹਾਂ ਦੀ ਬਾਰਿਸ਼ ਨਹੀਂ ਹੋਈ ਹੈ, ਕੀ ਲੱਗਦਾ ਹੈ ਜੇ ਹੋਰ ਹੁੰਮਸ ਹੋਈ ਤਾਂ ਫਸਲ ਨੂੰ ਨੁਕਸਾਨ ਕਿੰਨਾ ਲੱਗਦਾ ਹੈਗਾ? ਹਾਂ, ਲੱਗਦਾ ਹੈ, ਪੂਰਾ ਲੱਗਦਾ ਜੀ। ਗੱਲ ਕਰਾਂ ਵੀ ਇਹ 'ਚ ਦੋ ਗੱਲਾਂ ਹੋ ਜਾਂਦੀਆਂ, ਜੇ ਪਾਣੀ ਲਾਉਣੇ ਆ ਜੀ ਫਿਰ ਜਿਹੜੀ ਗੁਲਾਬੀ ਸੁੰਡੀ ਹੈਗੀ ਕਈ ਵਾਰੀ ਉਹਦਾ ਅਟੈਕ ਵੀ ਵੱਧ ਜਾਂਦਾ ਜੀ।
ਜੇ ਖੁਸ਼ਕੀ ਹੈ ਜੀ ਵੱਧ, ਖੁਸ਼ਕੀ ਦੇ ਵਿੱਚ ਸਪਰੇਅ ਕਰਦਿਆਂ ਸਪਰੇਅ ਵੀ ਨਹੀਂ ਕੰਮ ਕਰਦੀ ਚਿੱਟੇ ਮੱਛਰ ਅਤੇ ਵਾਈਟ ਫਲਾਈ 'ਤੇ, ਫਿਰ ਉਹਦਾ ਜ਼ੋਰ ਹੋ ਜਾਂਦਾ ਜੀ ਥੋੜ੍ਹਾ ਜਿਹਾ, ਅੱਡੋ ਅੱਡੀ ਦੋ ਸਾਰੀਆਂ ਗੱਲਾਂ ਡਿਪੈਂਡ ਹੋ ਜਾਂਦੀਆਂ ਜੀ। ਅੱਛਾ, ਕਿੰਨਾ ਨਰਮਾ ਬੀਜਿਆ ਸੀ, ਉਮੀਦ ਕੀ ਲੱਗਦੀ ਹੈ ਨਰਮੀ ਦੀ ਇਸ ਵਾਰ ਫਸਲ? ਹੁਣ ਤੱਕ ਤਾਂ ਚੰਗੀ ਲੱਗ ਰਹੀ ਹੈਗੀ। ਨਰਮਾ ਜੀ ਸਾਡੇ ਕੋਲ ਇੱਥੇ 1.5 ਕਿੱਲਾ ਮੇਰੇ ਚਾਚੇ ਦਾ ਜੀ, 2.5 ਕਿੱਲੇ ਥਾਂ ਮੇਰੇ ਕੋਲ ਹੈ ਜੀ। ਹਜੇ ਤੱਕ ਇਹਦੀ ਪੋਜੀਸ਼ਨ ਤੁਸੀਂ ਵੇਖ ਸਕਦੇ ਹੋਗੇ ਬਹੁਤ ਵੱਧ ਗਿਆ ਕਿ ਇਦੋਂ ਅੱਗੇ ਦੇਖੋ ਗੁਲਾਬੀ ਸੁੰਡੀ ਦਾ, ਚਲੋ ਵਾਈਟ ਫਲਾਈ ਆ ਇਹ ਵੀ ਕੰਟਰੋਲ ਹੋ ਜੂਗਾ ਜੀ, ਵਾਈਟ ਅਤੇ ਜਿਹੜੀ ਗੁਲਾਬੀ ਸੁੰਡੀ ਹੈਗਾ ਉੱਧਰੋਂ ਬਚਾ ਰਹਾ ਬਈ, ਹਜੇ ਤੱਕ ਦੋਵੇਂ ਪਾਸੇ ਤੋਂ ਬਚਾ ਹੈ, ਵਾਈਟ ਫਲਾਈ ਤੋਂ ਵੀ ਬਚਾ ਹੈਗਾ ਅਤੇ ਗੁਲਾਬੀ ਸੁੰਡੀ ਤੋਂ ਵੀ ਬਚਾ। ਉੱਧਰ ਕੋ ਮਨ ਕਿੰਨਾ ਡਰਦਾ ਹੈ ਜਦੋਂ ਇਸ ਤਰ੍ਹਾਂ ਦੀ ਬਿਮਾਰੀਆਂ ਹੁੰਦੀਆਂ ਨੇ ਨਰਮੇ ਨੂੰ? ਪਿਛਲੀ ਵਾਰ ਵੀ ਨਰਮਾ ਸਾਰਾ ਜ਼ਿਮੀਂਦਾਰਾਂ ਨੇ ਵਾਹਤਾ ਸੀਗਾ, ਇਸ ਵਾਰ ਕਿਹੋ ਜਿਹੀ ਫਸਲ ਹੈਗੀ? ਡਰ ਤਾਂ ਜੀ ਲੱਗਦਾ ਹੀ ਹੈ ਜੀ, ਜੇ ਹੁਣ ਸੁੰਡੀ ਪੈ ਜਾਏਗੀ ਮੌਸਮ ਦੇ ਹਿਸਾਬ 'ਤੇ ਤਾਂ ਮਤਲਬ ਵੀ ਡਰ ਹੀ ਡਰ ਹੈ ਜੀ, ਸੁੰਡੀ ਪੈਗੀ ਤਾਂ ਫਿਰ ਤਾਂ ਹੁਣੇ ਨਹੀਂ ਡੱਕਾ। ਜੇ ਐਂ ਵੀ ਕੋਈ ਸਪਰੇਅ ਚੰਗੀ ਦੇ ਦਿੱਤੀ ਸਰਕਾਰ ਨੇ, ਛਿੜਕਾਅ ਟਾਈਮ ਨਾ ਹੋਗਾ ਤਾਂ ਠੀਕ ਰਹੇਗਾ, ਤਾਂ ਕੋਈ 4 ਮਣ ਹੋ ਵੀ ਸਕਦਾ ਜੀ। ਪਰ ਬਾਰਿਸ਼ ਤੋਂ ਬਾਅਦ ਜਿਹੜੀ ਹੁੰਮਸ ਹੈ, ਕਹਿੰਦੇ ਵਾਈਟ ਫਲਾਈ ਵਾਸਤੇ ਬੜੀ ਖਤਰਨਾਕ ਹੈ, ਵਾਈਟ ਫਲਾਈ ਵੱਧਦੀ ਬਹੁਤ ਜ਼ਿਆਦਾ ਹੈ ਜੀ, ਫਿਰ ਵੀ ਫਿਰ ਉਹ ਗਰਮੈਸ਼ ਨਾਲ ਤਾਂ ਹੁੰਦਾ ਹੀ ਹੈ ਸਾਰਾ ਕੁਛ, ਇਹ ਸਾਲੀ ਹੋਈ ਜਾਂਦਾ ਹੈਗਾ, ਅਤੇ ਫਿਰ ਉਹ ਪਰਮਾਤਮਾ ਦਾ ਥਡੋਰੀ ਹੈ ਜੀ, ਵੇਖੋ ਕੀ ਬਣਦਾ। ਅਫਸਰ ਆਉਂਦੇ ਨੇ ਖੇਤੀਬਾੜੀ ਦੇ, ਮਾਰਦੇ ਨੇ ਕਿਹੜਾ ਕਿ ਅੱਜ ਹੀ ਆਏ ਹੈਗੇ? ਨਹੀਂ ਜੀ ਆਉਂਦੇ ਰਹਿੰਦੇ ਆ ਜੀ, ਆਉਂਦੇ ਰਹਿੰਦੇ ਆ। ਦੱਸਦੇ ਨੇ ਦਵਾਈਆਂ ਦੁਨੀਆਂ ਬਾਰੇ ਬਈ? ਨਹੀਂ ਨਹੀਂ ਐਵੇਂ ਇਹਨਾਂ ਦਾ ਅਸੀਂ ਮਨਾ ਖੇਤੀਬਾੜੀ ਮਹਿਕਮੇ ਦੇ ਬਹੁਤ ਦਿਲੋਂ ਧੰਨਵਾਦ ਕਰਦੇ ਹਾਂਗੇ, ਅਤੇ ਮਨਜਿੰਦਰ ਸਿੰਘ ਜੀ ਆਪਣੇ ਏਡੀਓ ਸਾਹਿਬ ਪੂਰਾ ਵੱਧ ਗਿਆ, ਫੋਨ ਵੀ ਭਾਵੇਂ 10 ਵਾਰੀ ਕਰ ਗਏ ਆਪਾਂ ਫੋਨ 'ਤੇ ਵੀ ਪੂਰੀ ਗੱਲਬਾਤ ਪੂਰੀ ਸੁਣਦੇ ਹੈਗੇ ਆਪਣੀ, ਅਤੇ ਆਪਣੀ ਟੀਮ ਲੈ ਕੇ ਵੀ ਆਉਂਦੇ ਆ, ਜਲੰਧਰ ਤੋਂ ਵੀ ਇੱਦੋਂ ਪਹਿਲਾਂ ਉਹ ਸਾਡੇ ਕੋਲ 2-3 ਵਾਰੀ ਆਪਣੀ ਟੀਮ ਆਉਂਦੀ ਹੈ ਨਾ ਜੀ ਸੈਂਟਰ ਦੀ। ਹਾਂ ਉਹ ਹੋਰ ਕਿੰਨੇ ਕੁ ਦਿਨ ਕਿਸਾਨਾਂ ਨੂੰ ਸਤਰਕ ਰਹਿਣ ਦੀ ਲੋੜ ਹੈ, ਜਿਵੇਂ ਮੌਸਮ ਹੈ ਚਿਪਚਿਪਾ ਜਿਹਾ ਮੌਸਮ ਜਿਵੇਂ ਪਹਿਲਾਂ ਗੱਲ ਕੀਤੀ ਆਪਾਂ, ਕਿੰਨੇ ਦਿਨ ਸਤਰਕ ਹੋਰ? ਬਿਲਕੁਲ ਜੀ, ਮਾਣਯੋਗ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਚੀਫ ਬਠਿੰਡਾ ਡਾਕਟਰ ਜਗਸੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਪੂਰਾ ਖੇਤੀਬਾੜੀ ਮਹਿਕਮਾ ਜਿਹੜਾ ਹੈਗਾ ਜ਼ਿਲ੍ਹੇ ਦਾ ਨਰਮੇ ਲਈ ਜ਼ੋਰ ਲਾ ਰਿਹਾ, ਕਿਉਂਕਿ ਪਾਣੀ ਦੀ ਸਮੱਸਿਆ ਪੰਜਾਬ ਦੇ ਵਿੱਚ ਬਹੁਤ ਗੰਭੀਰ ਆ, ਅਤੇ ਝੋਨਾ ਜਿਹੜਾ ਝੋਨੇ ਦੇ ਹੇਠ ਰਕਬਾ ਦਿਨੋਂ ਦਿਨ ਵੱਧਦਾ ਜਾ ਰਿਹਾ, ਨਰਮੇ ਦੇ ਹੇਠੋਂ ਰਕਬਾ ਜਿਹੜਾ ਦਿਨੋਂ ਦਿਨ ਘੱਟਦਾ ਜਾ ਰਿਹਾ। ਸੋ ਇਸ ਸਾਲ ਵੀ ਨਰਮੇ ਦਾ ਰਕਬਾ ਕਾਫੀ ਘੱਟ ਗਿਆ ਸਾਡੇ ਟੀਚੇ ਨਾਲੋਂ। ਸੋ ਜਿੰਨਾ ਵੀ ਜਿਹੜੇ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ, ਸਾਡੇ ਜਿਹੜੇ ਹੈਗੇ ਆ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਆ ਜਿਹੜੇ ਪਿੰਡਾਂ ਦੇ ਵਿੱਚ, ਉਹ ਹਰੇਕ ਕਿਸਾਨ ਨੂੰ ਪਰਸਨਲੀ ਮਿਲ ਰਹੇ ਆ, ਕੈਂਪ ਲਾਏ ਜਾ ਰਹੇ ਆ ਮਹਿਕਮੇ ਵੱਲੋਂ, ਅਨਾਊਂਸਮੈਂਟਾਂ ਕੀਤੀਆਂ ਜਾ ਰਹੀਆਂ, ਵਟਸਐਪ ਗਰੁੱਪ ਚਲਾਏ ਜਾ ਰਹੇ ਆ, ਯੂਟਿਊਬ ਚੈਨਲ ਚਲਾਇਆ ਜਾ ਰਿਹਾ, ਤਾਂ ਕਿ ਕਿਸਾਨਾਂ ਨਾਲ ਹਰੇਕ ਮਾਧਿਅਮ ਨਾਲ ਜਿਹੜਾ ਹੈਗਾ ਪਹੁੰਚਿਆ ਜਾ ਸਕੇ, ਅਤੇ ਕਿਸਾਨਾਂ ਨੂੰ ਸਮੇਂ ਸਿਰ ਜਿਹੜਾ ਮਤਲਬ ਕਿਸੇ ਹਫ਼ਤੇ ਜਿਵੇਂ ਇਸ ਵਾਰ ਮੀਂਹ ਪੈ ਗਿਆ ਤਾਂ ਜਿਹੜੀ ਮੀਂਹ ਤੋਂ ਬਾਅਦ ਕੋਈ ਐਡਵਾਈਜ਼ਰੀ ਚਾਹੀਦੀ ਆ ਉਹ ਅਸੀਂ ਵਟਸਐਪ ਗਰੁੱਪਾਂ ਦੇ ਵਿੱਚ ਪਾਉਂਦੇ ਹਾਂ ਵੀ ਹੁਣ ਕਿਸਾਨ ਭਰਾਵੋ ਆਹ ਗੱਲ ਦਾ ਧਿਆਨ ਰੱਖ ਲਓ, ਹੁਣ ਜੀ 13:045 ਦਾ ਟਾਈਮ ਆ, 13:045 ਦੀਆਂ ਸਪਰੇਹਾਂ ਕਰ ਲਓ, ਹੁਣ ਇਸ ਵਾਰ ਜਿਹੜਾ ਵਾਈਟ ਫਲਾਈ ਵੱਧ ਚੁੱਕੀ ਆ, ਕੀੜੇ ਮਾਰ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਉਹਨਾਂ ਦਾ ਜਿਹੜਾ ਸਪਰੇਅ ਕਰ ਲਓ। ਸੋ ਮਹਿਕਮਾ ਖੇਤੀਬਾੜੀ ਦਾ ਸਰਦਾਰ ਖੁੱਡੀਆਂ ਸਾਹਿਬ ਦੇ ਜਿਹੜਾ ਹੈਗਾ ਦਿਸ਼ਾ ਨਿਰਦੇਸ਼ਾਂ ਤਹਿਤ ਪੂਰਾ ਪੱਬਾਂ ਭਾਰ ਹੋ ਕੇ ਮਹਿਕਮਾ ਨਰਮੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ।